ਇੱਕ ਵਜੇ ਤਕਰੀਬਨ ਗੇੜ ਜੀ ਉਹਨਾਂ ਨੂੰ ਕਣਕ ਜਿਹੜੀ ਭਿਉਂਤੀ ਹੈ ਨਾ ਉਹ ਸੁਕਾ ਲੈਣੀ ਹੈ ਅਤੇ ਉਹ ਪਾਣੀ ਹੈ। ਠੀਕ ਹੋ ਗਿਆ। ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ। ਠੀਕ ਹੋ ਗਿਆ। ਤੁਸੀਂ ਖੁਰਾਕ 'ਤੇ ਜੀ ਇਹਨਾਂ ਨੂੰ ਕੀ ਪਾਉਂਦੇ ਹੋ, ਮਸਲਨ ਬਾਜਰਾ ਦਾਣੇ ਕਣਕ ਵਗੈਰਾ ਕੀ ਪਾਉਂਦੇ ਇਹਨੂੰ? ਆਮ ਰੂਟੀਨ ਨਾਲ ਤਾਂ ਜ਼ਿਆਦਾ ਅਸੀਂ ਕਣਕ ਹੀ ਪਾ ਰਹੇ ਹਾਂ। ਠੀਕ ਹੋ ਗਿਆ। ਧੋ ਲੈਣੀ ਆ ਸੁਬਹਾ ਨੂੰ, ਧੋ ਦੇਣਾ। ਠੀਕ ਹੋ ਗਿਆ। 2 ਵਜੇ ਨਾਲ ਤਕਰੀਬਨ 1:30 ਵਜੇ ਦੇ ਗੇੜ 'ਚ ਪਾ ਦੇਣੀ ਆ। ਠੀਕ ਹੋ ਗਿਆ। ਜਦੋਂ ਬਾਜ਼ੀ ਰਹਿ ਜਾਣੀ ਆ ਥੋੜ੍ਹੇ ਦਿਨਾਂ ਨੂੰ, ਠੀਕ ਹੋ, ਫਿਰ ਅਸੀਂ ਬਾਜਰਾ ਜਿਹੜਾ ਨਾ ਸ਼ੁਰੂ ਕਰਨਾ 10 ਦਿਨ ਤਕਰੀਬਨ 8-10 ਦਿਨ ਤੋਂ ਪਹਿਲੇ ਅਸੀਂ ਸ਼ੁਰੂ ਕਰ ਦੇਣਾ। ਠੀਕ ਹੋ ਗਿਆ। ਉਹਦੇ ਨਾਲ ਹੀ ਕਬੂਤਰ ਜਿਹੜੇ ਨਾ ਗਰਮ ਹੋ ਜਾਂਦੇ ਨੇ ਸਾਡੇ। ਠੀਕ ਹੋ ਗਿਆ। ਅਤੇ ਇਨਸ਼ਾਅੱਲਾ ਪਰਿਵਾਰ ਜਿਹੜੀਆਂ ਨਾ ਚੰਗੀ ਕਰਕੇ ਆਉਂਦੇ। ਠੀਕ ਹੋ ਗਿਆ। ਅਤੇ ਤੁਸੀਂ ਹੁਣ ਜਿਹੜਾ ਨਾ ਇਹ ਜਿਹੜਾ ਨੁਸਖਾ ਤਿਆਰ ਕਰ ਰਹੇ ਹੋ ਜਾਨਵਰਾਂ ਵਾਸਤੇ, ਇਹ ਟੋਟਲੀ ਹੁਣ ਤੁਸੀਂ ਬਦਾਮ ਦੇਣੇ ਅਤੇ ਇਹਦੇ 'ਚ ਜਾਂ ਕੋਈ ਹੋਰ ਵੀ ਚੀਜ਼ ਜਮ੍ਹਾਂ ਕਰਨੀ ਹੈ, ਮਸਲਨ ਅਰਲਾਣੀ ਅਰਲੂਣੀ ਹੈ ਜਿਹਨੂੰ ਕਹਿੰਦੇ ਨੇ ਪੰਜਾਬੀ? ਕੋਈ ਚੀਜ਼ ਨਹੀਂ, ਪਹਿਲੇ ਅਰਲਾਉਂਦੇ ਰਹੇ ਹਾਂ, ਲੇਕਿਨ ਹੁਣ ਜਿਹੜਾ ਨਾ ਸਿਰਫ ਟੋਕ ਹੀ ਪਾ ਰਹੇ ਹਾਂ ਬਦਾਮਾਂ ਦੇ। ਠੀਕ ਹੋ ਗਿਆ ਜੀ। ਤੋ 18 ਕਬੂਤਰ ਹੈ, ਠੀਕ, ਸਿਰਫ ਟੋਕ ਹੀ ਪਾਉਣੇ। ਠੀਕ ਹੈ। ਤੋ ਮਾਸ਼ਾਅੱਲਾ ਤੁਹਾਡੇ ਕੋਲ ਕਬੂਤਰ ਤਾਂ ਬੜੇ ਜ਼ਿਆਦਾ ਨੇ, ਤਕਰੀਬਨ 100-150 ਕਬੂਤਰ ਹੈ। ਅਤੇ ਤੁਸੀਂ ਜਿਹੜੇ ਸੁਬਹਾ ਫਿਰਤ ਕਰਵਾਉਂਦੇ ਹੋ, ਜਿਹੜਾ ਪਹਿਲਾਂ ਡਵਾਉਂਦੇ ਹੋ, ਜਿਹੜੀ ਡਾਲ ਕਰਵਾਉਂਦੇ ਹੋ ਸੁਬਹਾ, ਉਹ ਕਿੰਨੇ ਕਬੂਤਰਾਂ ਡਵਾਉਂਦੇ ਹੋ? ਤਕਰੀਬਨ ਸ਼ੁਰੂ ਤੋਂ 20-25 ਡਾਲ ਰਹੇ ਹਾਂ। ਠੀਕ ਹੋ। ਜਦੋਂ ਕਬੂਤਰ ਡਾਲ ਰਹੇ ਸਾਡੇ ਚੜ੍ਹ ਜਾਣੇ ਨਾ, ਫਿਰ ਅਸੀਂ 8-10 ਕਬੂਤਰ ਛੱਡਦੇ ਹਾਂ ਬਸ। ਠੀਕ ਹੋ ਗਿਆ। ਉਸ ਤੋਂ ਜ਼ਿਆਦਾ ਨਹੀਂ ਛੱਡਦੇ। ਠੀਕ ਹੈ। ਉਹ ਫਿਰ ਜਿਉਂ ਜਿਉਂ ਉਹਨਾਂ ਨੂੰ ਫਿਰ ਸਾਂਭਦਾ ਵੀ ਹੁੰਦਾ ਸ਼ਾਮ ਤੱਕ। ਠੀਕ ਹੋ ਗਿਆ। ਜਿਵੇਂ ਆਉਣੇ ਨੇ ਫਿਰ ਉਹ ਸਾਂਭਣੇ ਵੀ ਪੈਂਦੇ ਨੇ, ਸਾਂਭ ਕੇ ਫਿਰ ਦੁਬਾਰਾ ਜਿਹੜਾ ਉਹਨਾਂ ਨੂੰ ਪਲਟਾਉਣਾ ਪੈਂਦਾ, ਪਲਟਾ ਕੇ ਫਿਰ ਉਹਨਾਂ ਨੂੰ ਖੁਰਾਕ ਲਾਉਣੀ ਪੈਂਦੀ। ਠੀਕ ਹੋ ਗਿਆ। ਫਿਰ ਉਹਨਾਂ ਦਾਣਾ ਜਿਹੜਾ ਉਹਨਾਂ ਲੱਗੇ ਸੁੱਟ ਦੇ। ਠੀਕ ਹੈ। ਫਿਰ ਉਹਨਾਂ ਦਾਣਾ ਖਾਣਾ। ਅੱਛਾ ਜੀ, ਜਦੋਂ ਕਬੂਤਰ ਉੱਤੋਂ ਪ੍ਰਵਾਸ ਕਰਕੇ ਆਉਂਦੇ ਨੇ 3 ਤੋਂ, ਤੁਸੀਂ ਦੱਸ ਰਹੇ ਹੋ 3-4 ਵਜੇ, ਅਤੇ ਤੁਸੀਂ ਸੁਬਹਾ ਤਕਰੀਬਨ ਉਹਨਾਂ ਨੂੰ ਕੁਛ ਨਹੀਂ ਪਾਇਆ ਹੁੰਦਾ, ਅਤੇ ਸੁਬਹਾ ਕਿੰਨੇ ਵਜੇ ਉਡਵਾਉਂਦੇ ਹੋ ਤੁਸੀਂ ਉਹਨਾਂ ਨੂੰ? ਸੁਬਹਾ ਤਕਰੀਬਨ 6 ਵਜੇ ਉਡਾ ਦੇ ਨੇ। ਠੀਕ ਹੋ ਗਿਆ। ਪਾਣੀ ਦੇਣਾ ਪਹਿਲੇ 5 ਵਜੇ ਉੱਠਣਾ। ਠੀਕ ਹੈ। ਉਹਨਾਂ ਨੂੰ ਪਾਣੀ ਕਿਹੜਾ ਦੇਣਾ, ਸਾਦਾ ਦੇਣਾ? ਸਾਦਾ ਪਾਣੀ। ਠੀਕ ਹੋ ਗਿਆ। 15-15 CC ਜਿਹੜਾ ਨਾ ਸਰਿੰਜ ਜਿਹੜੀ ਹੁੰਦੀ ਹੈ, 15-20 CC। ਠੀਕ ਹੋ ਗਿਆ। 15 CC ਉਹਨਾਂ ਨੂੰ ਪਾਣੀ ਦੇਣਾ। ਠੀਕ ਹੋ ਗਿਆ। ਅਤੇ 1/2 ਘੰਟਾ ਜਿਹੜਾ ਨਾ ਉਹਨਾਂ ਨੂੰ ਰੈਸਟ ਦੇਣੀ ਆ। ਠੀਕ ਹੋ ਗਿਆ। ਬਾਅਦ 'ਚ ਫਿਰ ਉਹਨਾਂ ਨੂੰ ਜਾਲ 'ਚੋਂ ਕੱਢ ਦੇਣਾ। ਠੀਕ ਹੋ ਗਿਆ। ਫਿਰ ਜਿਹੜਾ ਨਾ 6 ਵਜੇ ਉਹਨਾਂ ਨੂੰ ਪੱਲਾ ਮਾਰ ਦੇਣਾ। ਠੀਕ ਹੋ ਗਿਆ। ਐਸੇ ਪਾਣੀ ਦੇ ਸਿਰ 'ਤੇ ਉਹਨਾਂ ਡਾਲ ਕਰਨੀ ਆ। ਠੀਕ ਹੋ ਗਿਆ। ਇਹ ਬਦਾਮ ਜਿਹੜੇ ਉਹਨਾਂ ਦੇ ਰਾਤ ਦੇ ਖਾਧੇ ਨਾ ਉਹ ਵਿੱਚ ਰਹਿੰਦੇ ਨੇ। ਠੀਕ ਹੋ ਗਿਆ। ਬਾਅਦ ਨਾਲ ਪਾਣੀ ਵੀ ਉਹਨਾਂ ਦਾ ਚੱਲਦਾ ਜਾਣਾ, ਨਾਲ ਉਹ ਖੁਰਾਕ ਵੀ ਜਿਹੜੀ ਨਾ ਹਜਮ ਹੁੰਦੀ ਜਾਣੀ। ਠੀਕ ਹੋ ਗਿਆ। ਅਤੇ ਜਦੋਂ ਕਬੂਤਰ ਪ੍ਰਵਾਸ ਕਰਕੇ ਥੱਲੇ ਆਉਂਦੇ ਨੇ, ਅਤੇ ਤੁਸੀਂ ਉਹਨਾਂ ਨੂੰ ਫਿਰ ਉਹਨਾਂ ਦਾ ਕੀ ਪ੍ਰੋਟੋਕੋਲ, ਉਹਨਾਂ ਨੂੰ ਕੀ ਕਰਦੇ ਹੋ? ਉਹਨਾਂ ਨੂੰ ਆਉਂਦੇ ਹੀ ਪਹਿਲੇ ਜਿਹੜਾ ਨਾ ਫੜਨਾ, ਫੜ ਕੇ 3-3 CC ਉਹਨਾਂ ਨੂੰ ਸਾਦਾ ਪਾਣੀ ਦੇਣਾ। ਠੀਕ ਹੋ ਗਿਆ। ਨੀਮ ਕੋਸਾ। ਠੀਕ ਹੋ ਗਿਆ। ਨੀਮ ਕੋਸਾ ਪਾਣੀ ਕਰਕੇ ਉਹਨਾਂ ਨੂੰ ਦੇਣਾ, ਫਿਰ ਉਹਨੂੰ ਛੱਡ ਦੇਣਾ। ਠੀਕ ਹੋ ਗਿਆ। ਫਿਰ ਉਹਨਾਂ ਨੂੰ 10 ਮਿੰਟ ਬਾਅਦ ਜਿਹੜਾ ਨਾ ਪਾਣੀ ਦੇਣਾ, ਅਤੇ ਉਹਨਾਂ ਅੱਗੇ ਕੁੰਡਾ ਰੱਖ ਜਿੰਨਾ ਪੀ ਲੈਣਾ। ਠੀਕ ਹੋ ਗਿਆ। ਪੀਣ ਤੋਂ ਬਾਅਦ 2 ਮਿੰਟ ਜਾਂ 3 ਮਿੰਟ ਤੋਂ ਬਾਅਦ ਉਹਨਾਂ ਨੂੰ ਕਬੂਤਰ ਨੂੰ ਫੜਨਾ। ਠੀਕ। ਫਿਰ ਉਹਨਾਂ ਨੂੰ ਕਲਟੀ ਕਰ ਦੇਣਾ। ਠੀਕ ਹੋ ਗਿਆ। ਕਲਟੀ ਕਰਕੇ ਸਾਫ਼ ਹੋ ਜਾਣਾ ਉਹ ਕਬੂਤਰ। ਜੀ। ਫਿਰ ਉਹਨੂੰ 10-15 ਮਿੰਟ ਰੈਸਟ ਦੇਣੀ। ਜੀ। ਫਿਰ ਉਹਨਾਂ ਨੂੰ ਪਾਣੀ ਦੇਣਾ ਸਾਦਾ। ਠੀਕ ਹੋ ਗਿਆ। ਪਾਣੀ ਦੇਣ ਤੋਂ ਬਾਅਦ ਜਿਵੇਂ ਦੇਖਿਆ ਕਿ ਉਹਨਾਂ ਪਾਣੀ ਉਹ ਤੋੜ ਲਿਆ। ਠੀਕ ਹੋ ਗਿਆ। ਫਿਰ ਉਸ ਤੋਂ ਬਾਅਦ ਫਰੈਸ਼ ਹੋ ਜਾਂਦਾ ਕਬੂਤਰ ਮਾਸ਼ਾਅੱਲਾ। ਜੀ। ਅਤੇ ਫਿਰ ਉਹਨਾਂ ਨੂੰ ਜਿਹੜਾ ਨਾ ਅਸੀਂ ਜਿਹੜਾ ਟੋਕ ਕੀਤੀ ਆ ਅੱਗੇ ਰੱਖ ਦੇਣੀ। ਠੀਕ ਹੋ ਗਿਆ। ਇੱਕ ਬੰਦਾ ਰੱਖੇ ਦਾ, ਉਹਨੂੰ ਇੱਕ ਸਿਗਰਟ ਦੇਣੀ ਹੈ। ਓ ਜੀ ਦੋਸਤੋ, ਇਹ ਸਾਥ ਮੇਂ ਯੇ ਭਾਈ ਹਮਾਰੇ ਭਾਈ ਹੈ, ਇਹ ਚੈੱਕ ਕਰੇਂ, ਯੇ ਵੀ ਸਭੀ ਇਸੀ ਜਾਲੇ ਪੇ ਸ਼ੋਅ ਕਰਤੇ ਹੈ ਮਾਸ਼ਾਅੱਲਾ। ਯੇ ਭਾਈ ਸਾਥ ਮੇਂ ਜੋ ਹੈ ਨਾ ਵਾਲੀਬਾਲ ਕੀ ਵੀ ਇਨਕੀ ਅੱਛੀ ਗੇਮ ਹੈ ਮਾਸ਼ਾਅੱਲਾ। ਦੀਪ ਇਨਕਾ ਨਾਮ ਹੈ, ਸਹੀ ਨਾਮ ਕਾ ਤੋ ਮੁਝੇ ਪਤਾ ਨਹੀਂ, ਤੋ ਦੀਪ ਨਾਮ ਹੈ ਭਾਈ ਕਾ ਮਾਸ਼ਾਅੱਲਾ। ਤੋ ਯੇ ਵੀ ਭਾਈ ਸੇ ਜੋ ਹੈ ਨਾ ਪੁੱਛਦੇ ਹੈ, ਸਾਡੇ ਨਾਲ ਹੀ ਜਨਾਬ ਸ਼ੋਅ ਕਰ ਦੇਣਾ। ਠੀਕ ਹੋ ਗਿਆ। ਤੇ ਸੁਬਹਾ ਕਬੂਤਰ ਜੀ ਉਡਾ ਦੇਣਾ ਨਾ ਆਪਣਾ ਕੰਮ ਕਾਜ ਕਰਕੇ। ਠੀਕ ਹੋ। ਇੱਥੇ ਮੇਰੇ ਕੋਲ ਸਾਰਾ ਦਿਨ ਗੱਪਸ਼ਪ ਨਾਲੇ ਵੱਜਦੀ ਆ। ਹਾਂਜੀ। ਨਾਲੇ ਕਬੂਤਰ ਸਾਹਮਣੇ। ਠੀਕ ਹੋ ਗਿਆ। ਤੋ ਐ ਸੀ ਜੀ ਸਾਡੀ ਅੱਜ ਦੀ ਵੀਡੀਓ, ਅਤੇ ਦੋਸਤੋ ਤੁਹਾਨੂੰ ਉਮੀਦ ਹੈ ਕਿ ਅੱਛੀ ਲੱਗੀ ਹੋਏਗੀ, ਅਤੇ ਸਾਨੂੰ ਜਿਹੜਾ ਨਾ ਕਮੈਂਟ 'ਚ ਦੱਸਣਾ ਕਿਸ ਤਰ੍ਹਾਂ ਦੀ ਵੀਡੀਓ। ਇਨਸ਼ਾਅੱਲਾ ਭਾਈ ਉਹਨਾਂ ਦਾ ਇੱਕ ਦੋਸਤ ਨੇ ਸਦਗਾਲ ਤੋਂ, ਉਹਨਾਂ ਦਾ ਵੀ ਜਿਹੜਾ ਨਾ ਭਾਈ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਉਹਨਾਂ ਦੀ ਦੋਲਾ ਚੱਕ, ਉਹ ਕਹਿ ਰਹੇ ਨੇ ਕਿ ਅਸੀਂ ਦੋਲਾ ਚੱਕ ਜਿਹੜਾ ਨਾ ਇਨਸ਼ਾਅੱਲਾ ਦੋਲਾ ਚੱਕ ਤੁਹਾਨੂੰ ਲੈ ਕੇ ਜਾਂਦੇ ਹਾਂ। ਹਾਂਜੀ। ਉੱਥੇ ਸ਼ੌਕ ਹੈ ਨਾ, ਬੜਾ ਅੱਛਾ ਉਹਨਾਂ ਦਾ ਸ਼ੌਕ ਹੈ, ਹਰ ਨਸਲ ਦਾ ਉੱਥੇ ਕਬੂਤਰ ਹੈ। ਹਾਂ। ਅਤੇ ਉਹਨਾਂ ਦਾ ਵੀ ਤੁਹਾਨੂੰ ਜਿਹੜਾ ਨਾ ਸ਼ੌਕ ਹੋਊਗਾ ਜੀ। ਇਨਸ਼ਾਅੱਲਾ ਜੀ, ਨੈਕਸਟ ਵੀਡੀਓ ਜੋ ਹੈ ਨਾ ਮੇਰੀ ਆਉਣੇ ਵਾਲੀ, ਉਹ ਤਹਿਸੀਲ ਸ਼ਕਰਗੜ੍ਹ ਕੇ ਗਊ ਦੋਲਾ ਚੱਕ ਮੇਂ ਹੋਗੀ। ਤੋ ਤਬ ਤੱਕ ਕੇ ਲੀਏ ਇਜਾਜ਼ਤ ਦੀਏ ਮੁਝੇ, ਅੱਲਾ ਹਾਫਿਜ਼, ਜਜ਼ਾਕ ਅੱਲਾ ਜੀ।